ਸਿੱਧੂ ਸਾਹਿਬ ਦਾ ਆਪਣਾ ਸੋਹਰਾ, ਰਾਜਾ ਵੜਿੰਗ ਦਾ ਆਪਣਾ ਸੋਹਰਾ, ਸੁਖਪਾਲ ਖਹਿਰਾ ਅੰਡਰਗਰਾਊਂਡ ਹੋ ਗਿਆ, ਪਤਾ ਨਹੀਂ ਕਿੱਥੇ ਭੱਜ ਗਿਆ ਜੀ, ਹੈਂ ਉਹਦੀ ਖੁਦਮੁਖਤਿਆਰੀ ਪਤਾ ਨਹੀਂ ਕਿੱਥੇ ਗਈ, ਕਿਉਂਕਿ ਉਹਨੇ ਅਰੈਸਟ ਹੋਣਾ, ਉਹਦੀ ਨੌਨ ਅਵੇਲੇਬਲ ਆ ਉੱਤੇ ਜਿਹੜਾ ਪਰਚਾ ਹੋਇਆ। ਅਤੇ ਕੰਮ ਵੀ ਇਹੋ ਜਿਹੇ, ਕਿਸੇ ਦੀ ਪਰਸਨਲ ਲਾਈਫ ਦੇ ਉੱਪਰ ਕਮੈਂਟ ਕਰਨਾ, ਉਹਦੀ ਵੀਡੀਓ ਜੀ ਉਹਨੇ ਆਹ ਕਰਤਾ ਉਹ ਕਰਤਾ, ਠੀਕ ਹੈ, ਇਹ ਸਮਾਜ ਆ, ਸਮਾਜ ਦੇ ਵਿੱਚ ਬਹੁਤ ਸਾਰੀਆਂ ਮਾਨਸਿਕ ਐਸੇ ਰੋਗ ਹੈਗੇ ਜਿਨ੍ਹਾਂ ਦਾ ਆਪਾਂ ਇੱਕ ਇਕੱਲਾ ਭਾਰਤ ਨਹੀਂ ਪੂਰੀ ਦੁਨੀਆ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ। 29,000 ਤੋਂ ਉੱਪਰ ਨੌਕਰੀਆਂ, 14,000 ਤੋਂ ਵੱਧ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਜਿਹੜੀ ਆ ਸਿਰੇ ਲੱਗ ਚੁੱਕੀ ਆ, ਹੋ ਚੁੱਕੇ ਆ। ਕਿਸਾਨਾਂ ਨੂੰ 15-20 ਦਿਨਾਂ ਦੇ ਵਿੱਚ ਮੁਆਵਜ਼ਾ, 80% ਤੋਂ ਉੱਪਰ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ, ਘਰੇਲੂ ਦੇ ਬਿੱਲ ਮੁਫਤ ਆ ਰਹੇ ਜਿਹੜੇ। ਔਰ ਇਸ ਤੋਂ ਇਲਾਵਾ ਨਸ਼ਾ ਜਿਹੜਾ ਉਹਦੀ ਬਹੁਤ ਵੱਡੀ ਗਿਰਾਵਟ ਆਈ ਹੈ, ਭ੍ਰਿਸ਼ਟਾਚਾਰ ਦੇ ਵਿੱਚ ਵੱਡੀ ਗਿਰਾਵਟ ਆਈ ਹੈ। ਅੱਜ ਪੰਜਾਬ 3,00,000 ਕਰੋੜ ਦਾ ਕਰਜ਼ਾਈ ਕੀਤਾ ਪਿਆ ਅਕਾਲੀ ਕਾਂਗਰਸ ਬੀਜੇਪੀ ਵਾਲਿਆਂ ਨੇ, ਔਰ ਲੋਕਾਂ ਨੂੰ ਸੁਵਿਧਾ ਕੋਈ ਵੀ ਨਹੀਂ ਮਿਲੀ। ਫਿਰ ਪੈਸਾ ਕਿੱਥੇ ਗਿਆ ਜੀ? ਉਹ ਕਰਜ਼ਾ ਕਿੰਨੇ ਚੜ੍ਹਾਇਆ ਜੀ? ਕਰਜ਼ਾ ਚੜ੍ਹਾਇਆ ਪੁਰਾਣੀਆਂ ਸਰਕਾਰਾਂ ਨੇ। ਬੀਜੇਪੀ ਦਾ ਕੈਂਡੀਡੇਟ ਕਹਿ ਰਿਹਾ, ਕਹਿੰਦਾ ਦੇਖੋ ਜੀ ਬੜਾ ਧੋਖਾ ਕਰਤਾ ਜੀ, ਔਰਤਾਂ ਨੂੰ 1,000 ਰੁਪਏ ਨਹੀਂ ਲਾਇਆ ਵੀ, ਦੇਖੋ ਜੀ ਆਮ ਪਾਰਟੀ ਨੇ ਬੜਾ। ਅਸੀਂ ਤਾਂ ਲਾਵਾਂਗੇ ਜੀ, ਅਸੀਂ ਵਾਅਦਾ ਕੀਤਾ, ਗਰੰਟੀ ਕੀਤੀ ਹੋਈ ਹੈ। ਤੁਸੀਂ ਦੱਸੋ ਅੱਜ ਤੋਂ 10 ਸਾਲ ਪਹਿਲਾਂ, 9 ਸਾਲ ਪਹਿਲਾਂ ਵਾਅਦਾ ਕੀਤਾ ਜੀ 15-15 ਲੱਖ ਦੇਵਾਂਗੇ ਇਕੱਲੇ ਇਕੱਲੇ ਨੂੰ, 2 ਕਰੋੜ ਨੌਕਰੀਆਂ ਹਰੇਕ ਸਾਲ ਦੇਵਾਂਗੇ, ਬੁਲਟ ਟ੍ਰੇਨ ਚਲਾਵਾਂਗੇ, ਔਰ ਇੰਡੀਆ ਨੂੰ ਅਸੀਂ ਦੁਨੀਆ ਦਾ ਨੰਬਰ 1 ਮੁਲਕ ਬਣਾਵਾਂਗੇ। ਬਣਾਤਾ ਤੁਸੀਂ, ਇਹ ਸਿਰਫ ਗੱਲਾਂ ਨੇ। ਔਰ ਇਹਨਾਂ ਦੇ ਲੀਡਰ ਜਿਹੜੇ ਆ, ਉਹ ਜਿਹੜੇ ਦਿੱਲੀ ਧਰਨੇ 'ਤੇ ਬੈਠੇ ਨੇ ਸਾਡੀਆਂ ਭੈਣਾਂ ਖਿਡਾਰਨਾ, ਉਹਨਾਂ ਨਾਲ ਬਦਤਮੀਜ਼ੀ ਕਰਦੇ ਰਹੇ, ਉਹਨਾਂ ਨਾਲ ਹਰਾਸ਼ਮੈਂਟ ਕਰਦੇ ਰਹੇ, ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦੇ ਰਹੇ, ਉਹ ਧਰਨੇ 'ਤੇ ਬੈਠੇ ਉਹਨਾਂ ਨਾਲ ਮਾਰ ਕੁਟਾਈ ਕਰ ਰਹੇ ਆ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਦੇਵ ਸਿੰਘ ਦੇਵਮਾਨ, MLA ਨਾਭਾ। ਇਸ ਵਕਤ ਮੈਂ ਜਲੰਧਰ ਲੋਕ ਸਭਾ, ਤੁਸੀਂ ਸਾਰੇ ਜਾਣਦੇ ਹੋ ਵੋਟਾਂ ਪੈ ਰਹੀਆਂ ਨੇ, ਅਤੇ ਮੇਰੀ ਡਿਊਟੀ ਲੱਗੀ ਹੈ ਜੀ ਆਦਮਪੁਰ, ਅਤੇ ਲੱਗੇ ਹੋਏ ਹਾਂ ਜੀ, ਮਿਹਨਤ ਕਰ ਰਹੇ ਹਾਂ। ਸਿਆਣੇ ਕਹਿੰਦੇ ਕਿ ਮਾਲੀ ਦਾ ਕੰਮ ਪਾਣੀ ਦੇਣਾ ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ ਇਹ ਮਾਲਕ ਦੇ ਹੱਥ ਹੈ। ਔਰ ਮਾਲਕ ਜਿਹੜਾ ਖਲਕਤ ਦੇ ਵਿੱਚ ਵੱਸਦਾ ਜੀ, ਖਲਕਤ ਜਿਹੜੀ ਹੈ ਇਨਸਾਨ ਆ, ਜਿਹੜਾ ਇਨਸਾਨ ਦੇ ਵਿੱਚ ਵੱਸਦਾ, ਪਰ ਇਨਸਾਨ ਜਿਹੜਾ ਜੀ ਉਹ ਅੱਜ ਕੱਲ੍ਹ ਬਹੁਤ ਸਿਆਣਾ ਹੋ ਗਿਆ, ਹਰ ਚੀਜ਼ ਮੋਨੀਟਰ ਕਰਦਾ। ਪੁਰਾਣੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਲੰਮੇ ਸਮੇਂ ਤੋਂ ਬੇਵਕੂ ਬਣਾਉਂਦੀਆਂ ਆਈਆਂ ਨੇ ਪੰਜਾਬ ਨੂੰ, ਦੇਸ਼ ਨੂੰ, ਕਾਂਗਰਸ ਲਾ ਲਓ, ਅਕਾਲੀ ਲਾ ਲਓ, BJP ਲਾ ਲਓ, ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਜੀ ਕਿ ਆਮ ਆਦਮੀ ਪਾਰਟੀ ਨੂੰ ਹਰਾਇਆ ਜਾਵੇ। ਉਹਦਾ ਕਾਰਨ ਕੀ ਹੈ? ਵੀ ਅਸੀਂ ਕੀਤੀਆਂ ਨੇ ਠੱਗੀਆਂ ਠੋਰੀਆਂ, ਅਸੀਂ ਬਣਾਈਆਂ ਨਜਾਇਜ਼ ਪ੍ਰੋਪਰਟੀਆਂ, ਬਈ ਇਕੱਲੇ ਇਕੱਲੇ ਨੂੰ ਫੜ ਫੜ ਕੇ ਅੰਦਰ ਕਰਨਗੇ, ਪ੍ਰੋਪਰਟੀਆਂ ਜ਼ਬਤ ਕਰਨਗੇ, ਜੇਲ੍ਹਾਂ 'ਚ ਬੰਦ ਕਰਨਗੇ, ਅਤੇ ਉਹਦੇ ਨਾਲ ਬਿਹਤਰ ਇਹ ਆ ਵੀ ਆਪਾਂ ਇਕੱਠੇ ਹੋ ਕੇ ਇਹਨਾਂ ਨੂੰ ਹਰਾਈਏ, ਵੀ ਤਾਂ ਕਿ ਆਪਣੀ ਠੱਗੀ ਠੋਰੀ ਜਿਹੜੀ ਆਪਣੀਆਂ ਨਜਾਇਜ਼ ਪ੍ਰੋਪਰਟੀਆਂ ਦਾ ਬਚਾਅ ਹੋ ਸਕੇ। ਤਾਂ ਹੀ ਤਾਂ BJP ਕਹਿੰਦੀ ਭੱਜ ਭੱਜ ਜਾਂਦੇ, ਇਹਨਾਂ ਨੂੰ ਐਂ ਲੱਗਦਾ ਵੀ ਸ਼ਾਇਦ ਮੋਦੀ ਬਚਾ ਲੂਗਾ, ਪਰ ਇਹ ਨਹੀਂ ਪਤਾ ਵੀ 24 ਦੇ ਵਿੱਚ ਮੋਦੀ ਦਾ ਵੀ ਸਫਾਇਆ ਹੋਣ ਜਾ ਰਿਹਾ ਪੂਰੇ ਦੇਸ਼ ਦੇ ਵਿੱਚ। ਔਰ ਅਰਵਿੰਦ ਕੇਜਰੀਵਾਲ ਸਾਹਿਬ ਪੂਰੇ ਦੇਸ਼ ਦੀ ਵੱਡੀ ਤਾਕਤ ਬਣ ਕੇ ਉੱਭਰ ਰਹੇ ਆ। ਸੋ ਵੀਰੋ, ਅੱਜ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਲਾਈਵ ਹੋਇਆਂ ਕਿ ਆਦਮਪੁਰ ਦੇ ਵਿੱਚ ਅੱਜ ਸ਼ਾਮੀ 5 ਵਜੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਅਤੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ, ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼ਾਮੀ 5 ਵਜੇ ਆਦਮਪੁਰ ਦੇ ਵਿੱਚ ਰੋਡ ਸ਼ੋਅ ਕਰਨ ਵਾਸਤੇ ਪਹੁੰਚ ਰਹੇ ਆ। ਔਰ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ, ਆਦਮਪੁਰ ਦੇ ਨਿਵਾਸੀਓ, ਆਦਮਪੁਰ ਪਿੰਡਾਂ ਦੇ ਨਿਵਾਸੀਓ, ਹੁੰਮ ਹਮਾ ਕੇ ਇਸ ਰੋਡ ਸ਼ੋਅ ਦੀ ਜਿਹੜੀ ਹੈ ਇਤਿਹਾਸਕ ਰੋਡ ਸ਼ੋਅ ਦੀ ਗਵਾਹੀ ਬਣੋ ਤੁਸੀਂ। ਔਰ ਸਾਰੇ ਆਪਣੇ ਆਪਣੇ ਸਾਧਨਾਂ 'ਤੇ, ਕੋਈ ਬੱਸ 'ਤੇ, ਕੋਈ ਸਾਈਕਲ 'ਤੇ, ਕੋਈ ਮੋਟਰਸਾਈਕਲ 'ਤੇ, ਕੋਈ ਕਾਰ 'ਤੇ, ਜਿਵੇਂ ਵੀ ਤੁਹਾਡੇ ਕੋਲ ਜੋ ਸੁਵਿਧਾ ਹੈਗੀ ਆ ਉਹਦੇ ਮੁਤਾਬਕ ਜ਼ਰੂਰ ਤੁਸੀਂ ਪਹੁੰਚੋ, ਕਿਉਂਕਿ ਆਮ ਆਦਮੀ ਪਾਰਟੀ ਸਿਹਤ ਅਤੇ ਸਿੱਖਿਆ ਦੀ ਗੱਲ ਕਰਦੀ ਹੈ, ਔਰ ਕਾਂਗਰਸ, ਅਕਾਲੀ ਦਲ, BJP ਇਹ ਗੱਲ ਕਰਦੇ ਆ ਪਰਿਵਾਰਵਾਦ ਦੀ, ਇਹ ਗੱਲ ਕਰਦੇ ਆ ਉਹ ਗੱਲਾਂ ਜਿਹੜੀਆਂ ਕਿ ਪੰਜਾਬ ਨੂੰ ਇਸ ਵਕਤ ਨਹੀਂ ਚਾਹੀਦੀਆਂ। ਪੰਜਾਬ ਨੂੰ ਚਾਹੀਦੀ ਹੈ ਡਿਵੈਲਪਮੈਂਟ, ਪੰਜਾਬ ਨੂੰ ਚਾਹੀਦੀ ਹੈ ਬੇਰੁਜ਼ਗਾਰੀ ਖਤਮ ਹੋਵੇ, ਪੰਜਾਬ ਨੂੰ ਚਾਹੀਦਾ ਕਿ ਪੰਜਾਬ ਤਰੱਕੀ ਕਰੇ। ਹਜੇ 1 ਸਾਲ ਹੋਇਆ ਸਰਕਾਰ ਬਣਿਆ ਨੂੰ, 1 ਸਾਲ ਦੇ ਵਿੱਚ ਭਗਵੰਤ ਮਾਨ ਸਾਹਿਬ ਹੋਰਾਂ ਨੇ ਜਿੰਨੇ ਕੰਮ ਕੀਤੇ ਆ ਉਹ ਬਾਕਮਾਲ ਨੇ, ਔਰ ਅੱਗੇ ਅੱਗੇ ਤੁਸੀਂ ਦੇਖੋਗੇ ਬਹੁਤ ਹੀ ਵਧੀਆ ਤਰੀਕੇ ਨਾਲ ਆਮ ਆਦਮੀ ਕਲੀਨਿੰਗ, ਸਾਡੇ ਸਕੂਲਾਂ ਦੀ ਪੜ੍ਹਾਈ, ਕਾਲਜ, ਯੂਨੀਵਰਸਿਟੀਆਂ, ਮੈਡੀਕਲ ਕਾਲਜ, ਬਹੁਤ ਕੁਛ ਬਣਨ ਜਾ ਰਿਹਾ ਜੀ। ਅਤੇ ਵੈਸੇ ਤਾਂ ਇਲੈਕਸ਼ਨ ਜਿਹੜੀ ਹੈ ਹੋਣੀ ਨਹੀਂ ਸੀ ਚਾਹੀਦੀ, ਪਰ ਚਲੋ ਜਿਹੜੇ ਪਹਿਲਾਂ ਕਾਂਗਰਸ ਦੇ MP ਸੀਗੇ ਉਹਨਾਂ ਦੀ ਅਚਾਨਕ ਡੈਥ ਹੋ ਗਈ ਜਿਹਦੇ ਕਰਕੇ ਇਲੈਕਸ਼ਨ ਹੋ ਰਹੀ ਹੈ, ਪਰ ਚਲੋ ਕੋਈ ਗੱਲ ਨਹੀਂ, ਇਹ ਲੋਕਤੰਤਰ ਦਾ ਹਿੱਸਾ ਜੀ ਇੱਕ। ਔਰ ਇਹੀ ਇਲੈਕਸ਼ਨ 8-9 ਮਹੀਨੇ ਬਾਅਦ ਦੁਬਾਰਾ ਫੇਰ ਹੋਣੀ ਹੈ, ਪੂਰੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੀਆਂ ਵੋਟਾਂ ਪੈਣੀਆਂ ਨੇ।
अगर आप कांग्रेस की गल करिए चौधरी संतोख सिंह जिन्हों की डैथ हो गई है वह मैंबर पार्लीमेंट सी और उन्होंने जिहड़ी चार साल की कार्यकारी है वह कोई जहा भी कम नहीं एक भी कम नहीं जिहड़ा दस सकन कांग्रेसी भी इन्होंने आह कम किया और उन्हों का बेटा फलौर तो एम एल ए है जी पूरे लोग सभा जलंधर का जिहड़ा पैसा वो फलौर चलाता तो उतों एम एल ए बन गए तो एम एल ए बन के फलौर लिए की कर रहे थोन सारे पता तो कपड़े भी उन्होंने विक्रम पता नहीं की ना उन्होंने जी तो उन्होंने चंडीगढ़ों ड्राईक्लीन होके आए जी। अगली गल पांच साल कांग्रेस रही है साढ़े चार साल कैप्टन अमरिंदर सिंह ने बेवकूफ बनाया गुटका साहब की सहु खा के और अखीरले दिनों के चन्नी साहब ने बनाता मुख्यमंत्री और पंजा सालों के कांग्रेस ने की किया नहीं दस रही कांग्रेस भी असी असी हम राज करके हटे हाले भी साड़िया आ प्राप्तियां ने वो बस एको गल तो उन्होंने वो पाया है जी देखो जी काम नहीं कोई किया कोई काम नहीं किया तो उन्होंने कोई पूछने वाला भी थोड़ा मौका मिलया तुम्हें की काम किया 1966 च पंजाब बनता 67 के पहली इलैक्शन होंगी है 44 साल राज किया जिदे 25 साल कांग्रेस ने किया 19 साल अकाली दल ने किया 25 साल कांग्रेस राज करके पंजाब दे विच हले तक उन्होंने ये नहीं पता लग रहा भी असी किहड़ा काम किया गरीबां दी गरीबी हटाओ का नारा देने वाली पार्टी लगातार लोग गरीबी वाले पासे बढ़ रहे हैं पर हुण साडे मुख्यमंत्री भगवंत मान साहब होरी पंजाब दे सारे बच्चों लिए चंगी सिक्ख्या चंगी सेहत उहदे उत्ते ध्यान दे रहे हैं 29,000 तो उपर नौकरियां 14,000 तो वध कच्चे मुलाजम पक्के करन दी गल जिहड़ी सिरे लग चुकी है हो चुके है किसानों नूं 15-20 दिनां दे विच मुआवजा 80% तो उपर लोगों के घर बिजली घरेलू के बिल मुफ्त आ रहे जिहड़े और इस तो अलावा नशा जिहड़ा उहदी बहुत वड्डी गिरावट आई है भ्रिष्टाचार के वड्डी गिरावट आई है और जिहड़े काम जिहड़े आ लगातार अगे अगे आम आदमी पार्टी जिहड़ी सरकार आ भगवंत मान साहब हरी लगातार जिहड़ी उह करन दी कोशिश कर रहे आ मेरे पिछले पासे बीजेपी दे खड़े आ 5-7 बंदे झंडा लई इह सारे दिहाड़ी ते ने जी दिहाड़ी ते कीते आ इक वी बंदा नहीं इह दिहाड़ी ते वी पता नहीं किधरों आए जी इधरों बाहरों बूहरों पंजाब दे तां लगदे ने बीजेपी दिहाड़ी दे बंदे करके झंडे फड़ा के उन्हां नूं तो प्रचार करवा रही है ते कांग्रेस दी सिद्धू साहब दा अपना सोहरा राजा वड़िंग दा अपना सोहरा सुखपाल खरा अंडरग्राउंड हो गया पता नहीं कित्थे भज गया जी है वो खुदमुख्तारी पता नहीं कितने क्योंकि उन्हें अरैसट होना वो नॉन अवेलेबल आते जो परचा होया तो कम भी योजे किसी की परसनल लाइफ के उपर कमेंट करना वो वीडियो जी उन्हें आ करता वह करता ठीक है ये समाज आ समाज के बहुत सारिया मानसिक ऐसे रोग है जिन्हों का अपना एक कला भारत नहीं पूरी दुनिया के प्रॉब्लम हैगी है तो पर आप उस चीज़ को आड़ बना के कोई इस तरह की जी गलत प्रचार करना कोई माफक नहीं अज सुखपाल सिंह खैर अंडरग्राउंड है तो हुण गल करिए अकाली दल की अकाली दल का कैंडीडेट जिहड़ा जी नवांशहर तो ऑलरेडी मौजूदा एम एल ए है डॉक्टर सुखी जी बड़े वधिया बंदे आ पर उन्होंने भी नवांशहर लई हल तक कख नहीं किया तो हुण ओह कहिंदे जलंधर की सीट मैनू जिताओ जी तो फिर जिहड़े नवांशहर के लोग जिन्हां ने वोटां पा के इन्हां नूं एम एल ए बनाया फिर उन्हां दे नाल फिर धोखा ही एक किस्म का फिर उत्थे दोबारा फिर बार इलैक्शन होगी जी नवांशहर के अकाली दल के कोल भी कख नहीं जिहड़ा बीजेपी कोल आ चरणजीत सिंह अटवाल जिहड़े आप भी शामिल हो गए बीजेपी उन्हों का बेटा इतों इलैक्शन लड़ रहा वह लेंदे लुधियाने जी लुधियाने रहने वाला बंदा जलंधरों इलैक्शन लड़ रहा और उन्होंने कोई ग्राउंड लैवल से कोई काम नहीं कोई सेवा नहीं कोई कंट्रीब्यूशन नहीं पर जलंधर के लोग सियाने आ दुआबे का ट्रैप रिकॉर्ड रहा कि जो भी इलैक्शन हुई है बार इलैक्शन तो उन्होंने सरकार के पक्ष वोट पाई है क्योंकि उन्होंने पता होंगे भी सरकार ने ही काम करने हैं जे आप गल करिए पिंडां दी डिवेलपमेंट की वह कौन करो जी पंजाब सरकार जे करिए शहर की डिवेलपमेंट की गल कौन करो जी पंजाब सरकार मान लो जे कांग्रेस जित भी जाती है जी करना तो फिर भी कख नहीं उन्होंने जी उन्होंने कहने से कहना उसे ग्रांट आ जानी है जो उन्होंने कहने से कहना डिवेलपमेंट हो जानी है जे अकाली दल आ गया उन्होंने को भी कख नहीं बीजेपी जिहड़ी है जी बीजेपी सेंटर के ऑलरेडी पहले सत्ता के जी उन्होंने जोड़ा हूँ तक नहीं किया कुछ अगे की करे जी सो वे सवाल जोड़े ने ये ना मैं देखिया फेसबुक के कई मेरे से भी है होर भी फेसबुक एक जाली अकाउंट बना के कमेंट करते हैं जी जाली अकाउंट बना के ना फेक अकाउंट बना के कमेंट कर रहे पर मैं एक दिन पोस्ट भी पाई से ऑन पैसे आ रही है नवी आई टी कंपनी एक एक बंद का पता लग जाना भी कि बंदा कितों कमेंट कर रहा कितों का रहने वाला वह फोन नंबर पूरा ट्रैप रिकॉर्ड आ जाना ये सारे चेहरे बेनकाब हो गए जी करो कमेंट करो जे कोई लॉजिक वाली गल है ना जरूर करो पर भाषा जी है वह सभ्यक रख के करो तुम ठीक है किसी की बुराई करनी माड़ी गल नहीं पर लॉजिक ना करो तो चंगी गल है खाम खा उदा ही किसी गल में तुम मतलब बार बार लिखी जाना भी फेक अकाउंट से जे एडा दम रख दो तो अपने ओरिजिनल अकाउंट तो करो
ठीक है ना, अपना नंबर भी लिखो भाई, मेरा नंबर है, जो थोड़ा कोई तर्क से गल करनी तुसी मेरे नाल गल कर सकते हो। अकाउंट भी फेक करने हैं, ठीक है जी, जल ही कुड़ियों की आईडिया बना बना के मुंडिया नाल गल्लां करते हैं, तो यहो जे इस किस्म के लोग जिहड़े इन्हां दा अपना किरदार ठीक नहीं, वो कमेंट करके पंजाब नूं सलाह दे रहे हैं पंजाब के लोगों, और जलंधर के लोग कोई नहीं कमेंट कर रहे, सारे सैलेंट ने जी, और सारे बदलाव चाहते हैं कि आम आदमी पार्टी को मौका मिले। जिहड़े बाहरले कुछ बैठे ने जी फेक अकाउंट वाले, वह लगातार कमेंट कर रहे हैं। सो कहण दा भाव यह है कि इन्हां चीज़ों तो सानूं बचना चाहिए। दुनिया चन्न ते पहुँच गई, अपने पंजाबी 120 मुल्कां दे विच चले गए, उत्थे जाके अपना कारोबार सैट कर लिया। आपां अपने सिंसियरिटी दी ना आपां अपने पंजाब नूं अगे वधाईए, अपने देश नूं अगे वधाईए जी। इन्हां गल्लां च की पिया जी, 120 साल पुरानी पार्टी कांग्रेस जे हुण तक नहीं कुछ कर सकी तां अगे की करूगी जी? जे बीजेपी पिछले 9 सालों सत्ता च रह के नहीं कुछ कर सकी हुण की करूगी जी? मैं देखिया कल इन्हां दे जिहड़े बीजेपी दा कैंडीडेट कह रहा, कहिंदा देखो जी बड़ा धोखा करता जी, औरतां नूं 1000 रुपये नहीं लाया भी, देखो जी आम पार्टी ने बड़ा असा लावांगे जी, असीं वादा कीता, गरंटी की हुई है। तुसीं दसो अज तो 10 साल पहला 9 साल पहला वादा कीता जी 15-15 लाख देवांगे कल्ले कल्ले नूं, 2 करोड़ नौकरियां हरेक साल देवांगे, बुलेट ट्रेन चलावांगे, और इंडिया नूं असीं दुनिया दा नंबर 1 मुल्क बनावांगे, बनाता तुसीं जी? ये सिर्फ गल्लां ने जी। और इन्हां दे लीडर जिहड़े आ वो जिहड़े दिल्ली धरने ते बैठे ने साडियां भैणां खड़ारना, उन्हां नाल बदतमीजी करते रहे, उन्हां नाल हरासमेंट करते रहे, उन्हां नाल शरीक संबंध बनाते रहे, धरने ते बैठे उन्हां नाल मार कुटाई कर रहे जी। और इन्हां दे लीडरां दे कोलों करोड़ों अरबां रुपया फड़िया जाता, कितने कोई खबर च ना नहीं आता, गोदी मीडिया का जिहड़ा जी विकिया पिया सारे। सो वीरो बहुत जरूरत है सारिआं नूं आपां नूं इकट्ठे हो के आपां नूं अपने देश प्रति सोचना पैना जी। इन्हां गल्लां दे विच इह की करदे आ, धर्मां दी गल करदे आ, इह की गल करदे आ, कुछ आड़ चा के इह गल्लां जित विच उलझाउण दी कोशिश करदे आ। वीरो आपां उलझणा नहीं जी, आपां तरक्की, आपां नूं किस चीज़ का भाव जी? जे अपने घरां दे विच रोटी पक्कूगी, जे अपने घरां च नौजवानां नूं नौकरियां मिलणगियां, जे अपने घरां दे विच बिजली मुफ्त आ रही है, जे आपां नूं चंगी फसल दा MSP दे रेट दे उपर आपां नूं अपनी फसल बिक रही है, जे अपनी चंगीआं सड़कां होणगीआं, जे अपने चंगे हस्पताल होणगे। एक IPL दे विच ऑस्ट्रेलिया दा खिडारी एक IPL छड्ड के चले गया जी। वह क्यों छड्ड के चले गया? कहिंदा जी IPL ते तां इन्ना पैसा ला रहे हो तुसीं, करोड़ों अरबां रुपया खर्च कर रहे हो, और तुसीं अपने देश लई हस्पताल भी नहीं बनाए, लोग मर रहे ने इत्थे, भी मैनूं इह गल चंगी नहीं लगी, IPL छड्ड के चले गया जी। ये वड्डा सवाल है जी। आपां तरक्की दी गल करिए, शहीदां ने सानूं अपना मुल्क आजाद करके दिता, इस काम लई नहीं आजाद करके दिता जी। इत्थे कई शॉर्टकट राजनीति दे विच रोटियां सेकण नूं फिरदे आ, तुसीं सारे जाणदे हो मैं किन्हां नूं की कह रहा जी। इस करके आपां इन्हां चीज़ां दे विच ना पै के थोड़े स्याणे बनीए, मच्योर बनीए। जे कोई तर्क नाल गल करनी है कमेंट करो, मेरे च 1000 कमी हो सकदी है, तुसीं लिखो भी आह गल इदां जी, ठीक है जी। तो होर ही पासे नूं गल कोई करनी घुमा फिरा के वी फेक IDतों जी, ये बड़ियां स्याणियां गल्लां ने। सो अज मैं अपनी गल मुकाउणा आदमपुर दे विच, साडे हिंदुस्तान दे अगले भारत दे अगले संभाविक प्रधानमंत्री अरविंद केजरीवाल साहब ते पंजाब दे क्रांतिकारी मुख्यमंत्री भगवंत मान साहब हरी पहुँच रहे हैं, और उसे तिल सट्टन नूं जगह नहीं होनी जी। इन्ना कट्ठ हो रहा, पिछली बार भी जो आदमपुर भगवंत मान साहब आए थे इन्ना कट्ठ सीगा जी, तो चारे पासे जिहड़ी नेरी आई पई सी, अज भी उही हालात बन रहे। लोगों चाह जी, लोग बदलाव चाहते आ। पिंडां दे विच जदों साडे कुलदीप सिंह धारीवाल साहब पंचायत मंत्री जाते, असं भी नाल जाने, वो मंग पत्र देंदे जी, वह पिंड दे कट्ठे होके भी साडियां गलियां नहीं बनियां, साडियां नालियां नहीं बनियां, साडे धर्मशाला दा मसला है जी, साडा आ काम है। वह फिर उत्थे गल निकल के आउंदी है भी जे आपां हले भी गलियां नालियां च फसे पए हां, फिर पिछलियां सरकारां ने की कीता जी? अज पंजाब 3 लाख करोड़ का करजाई किया पिया अकाली कांग्रेस BJP वालियां ने, और लोगों को सुविधा कोई भी नहीं मिली, फिर पैसा कित्थे गया जी? वह करजा किन्ने चढ़ाया जी? करजा चढ़ाया पुरानियां सरकारां ने। इस करके आपां नूं जरूरत है इन्हां नूं समझण दी, साइकोलॉजिकली। एक मैं गल अज मैं पोस्ट भी पाई है कि 4 साल पए ने आम आदमी पार्टी दे, असीं थोड़ी सेवा च हाजिर हाँ, ठीक है जी। साडा कोई जे हलका MLA हार गया हलका इंचार्ज, वह भी थोड़ी सेवा च हाजिर है। जलंधर के सारे MLA असीं तुहाडी सेवा च हाजिर हाँ जी, असीं तां फिर 4 साल थोड़ी सेवा च हाजिर हाँ। 10 तरीक तो बाद ना इत्थे BJP लभनी है, ना कांग्रेस लभनी, ना अकाली दल, कुछ नहीं लभना इत्थे तुहानूं जी। इत्थे इन्हां ने फोन भी नहीं चकने, जिहड़े नंबर तुहानूं दे रहे ना, ਇਹ ਇਹਨਾਂ ਨੇ ਟੈਂਪਰੇਰੀ ਫੋਨ ਨੰਬਰ ਲੈ ਕੇ ਤੁਹਾਨੂੰ ਫੋਨ ਕਰ ਰਹੇ ਆ, 10 ਤਰੀਕ ਤੋਂ ਬਾਅਦ ਇਹ ਵੀ ਬੰਦ ਹੋ ਜਾਣੇ ਆ। ਇਸ ਕਰਕੇ ਆਪਾਂ ਨੂੰ ਸਿਆਣੇ ਬਣਨ ਦੀ ਲੋੜ ਹੈ, ਆਪਾਂ ਇਹਨਾਂ ਗੱਲਾਂ 'ਚ ਨਾ ਪੈ ਕੇ। ਆਪਾਂ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਜੀ, ਹਰੇਕ ਇਨਸਾਨ 'ਚ ਹੁੰਦੀਆਂ, ਮੈਂ ਗੱਲ ਨੂੰ ਮੰਨਦਾ
ਪਰ ਉਹ ਕਮੀ ਪੇਸ਼ੀ ਨੂੰ ਆਪਾਂ ਠੀਕ ਕਰਕੇ ਭਾਗੇ ਵਧੀਏ, ਆਪਾਂ ਆਪਣੇ ਮੁਲਕ ਨੂੰ, ਆਪਣੇ ਪੰਜਾਬ ਨੂੰ ਮਜ਼ਬੂਤ ਕਰੀਏ। ਔਰ ਐਨਆਰਆਈ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਬਹੁਤ ਹੁੰਮ ਹੁਮਾ ਕੇ ਪਿਛਲੀ ਵਾਰੀ ਵੀ ਯੋਗਦਾਨ ਪਾਇਆ, ਸਾਰੇ ਯੋਗਦਾਨ ਪਾਓ ਔਰ ਪੰਜਾਬ ਦੇ ਵਿੱਚ ਇਹ ਜਿਹੜਾ ਬੂਟਾ ਇਹ ਆਮ ਆਦਮੀ ਪਾਰਟੀ ਦਾ ਲਾਓ। ਜਲੰਧਰ ਦੇ ਲੋਕ ਕਹਿੰਦੇ ਸਾਡਾ ਕੰਮ ਨਹੀਂ ਹੁੰਦਾ ਜੀ, ਮੈਂ ਕਿਹਾ ਜੀ ਕੰਮ ਤਾਂ ਨਹੀਂ ਹੁੰਦਾ, ਲੋਕ ਸਭਾ ਕਾਂਗਰਸ ਐਮ ਐਲ ਏ ਕਾਂਗਰਸ, ਨਗਰ ਪੰਚਾਇਤ ਕੌਂਸਲ ਦਾ ਪ੍ਰਧਾਨ ਕਾਂਗਰਸ, ਐਮ ਸੀ ਕਾਂਗਰਸ, ਕੰਮ ਕਿੱਥੋਂ ਹੋਊਗਾ ਜੀ? ਜੇ ਕੋਈ ਦੱਸੂਗਾ ਸਰਕਾਰ ਨੂੰ ਤਾਂ ਹੀ ਕੰਮ ਹੋਊਗਾ ਨਾ। ਸੋ ਜਿੱਥੇ ਜਿੱਥੇ ਐਮ ਐਲ ਏ ਨੇ ਆਮ ਆਦਮੀ ਪਾਰਟੀ ਦੇ ਬਹੁਤ ਵਧੀਆ ਕੰਮ ਹੋ ਰਹੇ ਆ ਔਰ ਅੱਛੇ ਤਰੀਕੇ ਨਾਲ ਕੰਮ ਹੋ ਰਹੇ ਆ। ਜਲੰਧਰ ਦੇ ਵਿੱਚ ਵੀ ਅੱਛੇ ਤਰੀਕੇ ਨਾਲ ਕੰਮ ਕਰ ਹੋਣਗੇ। ਜਲੰਧਰ ਦੇ ਲੋਕ ਬੜੇ ਸਿਆਣੇ ਨੇ, ਦੁਆਬੇ ਦੇ ਲੋਕ ਸਿਆਣਪ ਲਈ ਮੰਨੇ ਜਾਂਦੇ ਆ ਕਿ ਹਮੇਸ਼ਾ ਹੀ ਇਹ ਸਰਕਾਰ ਦੇ ਹੱਕ ਦੀ ਗੱਲ ਕਰਦੇ ਔਰ ਚੰਗੀ ਸਰਕਾਰ ਦੇ ਹੱਕ ਦੀ ਗੱਲ ਕਰਨੀ ਸਾਡਾ ਫਰਜ਼ ਵੀ ਬਣਦਾ ਜੀ। ਸੋ ਸਾਰੇ ਹੁੰਮ ਹੁਮਾ ਕੇ ਸ਼ਾਮੀ 5 ਵਜੇ ਆਦਮਪੁਰ ਤੁਹਾਡਾ ਇੰਤਜ਼ਾਰ ਕਰਾਂਗੇ ਜੀ। ਔਰ ਸਾਰੇ ਆਓ, ਆਪਣੇ ਪਿੰਡ ਦੇ ਵਿੱਚੋਂ ਨਿਕਲੋ, ਸ਼ਹਿਰ ਦੇ ਵਿੱਚੋਂ ਨਿਕਲੋ, ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਆਪਾਂ ਕਿਸ ਚੀਜ਼ ਵਾਸਤੇ, ਆਪਾਂ ਵੋਟਾਂ ਡਿਵੈਲਪਮੈਂਟ ਵਾਸਤੇ ਪਾ ਰਹੇ ਹਾਂ ਜੀ, ਆਪਾਂ ਵੋਟਾਂ ਧਰਮ ਲਈ ਨਹੀਂ ਪਾ ਰਹੇ, ਆਪਾਂ ਵੋਟਾਂ ਕਿਸੇ ਨੂੰ ਨਿੰਦਣ ਲਈ ਨਹੀਂ ਪਾ ਰਹੇ, ਆਪਾਂ ਆਪਣੀ ਡਿਵੈਲਪਮੈਂਟ ਵਾਸਤੇ ਪਾ ਰਹੇ ਕਿ ਅਸੀਂ ਡਿਵੈਲਪਮੈਂਟ ਕਿਵੇਂ ਹੋਣੀ ਹੈ ਸਾਡੀ, ਅਸੀਂ ਅੱਗੇ ਕਿਵੇਂ ਵਧਣਾ, ਉਹਦੇ ਵਾਸਤੇ ਵੋਟਾਂ ਪਾਉਣੀਆਂ ਨੇ। ਇਹ ਦੇਸ਼ ਦੀ ਗੱਲ ਆ ਔਰ ਇਹ ਸਾਡੀ ਡਿਵੈਲਪਮੈਂਟ ਦੀ ਗੱਲ ਆ, ਤਾਂ ਇਹਨੂੰ ਉਸ ਚੀਜ਼ ਨਾਲ ਹੀ ਰੱਖਿਆ ਜਾਵੇ। ਇਹਦੇ ਵਿੱਚ ਬਾਕੀ ਗੱਲਾਂ 'ਚ ਜੋ ਕਿ ਉਲਝਾਉਣ ਦੀ ਕੋਸ਼ਿਸ਼ ਕਰਦਾ ਉਹ 'ਚ ਪੈਣ ਦੀ ਬਿਲਕੁਲ ਲੋੜ ਨਹੀਂ ਜੀ। ਬਹੁਤ ਬਹੁਤ ਧੰਨਵਾਦ ਜੀ, ਜਿਉਂਦੇ ਵੱਸਦੇ ਰਹੋ, ਮਿਹਰਬਾਨੀ। ਔਰ ਕਈ ਇਹਦੇ ਵਿੱਚ ਹੋ ਸਕਦਾ ਕਈਆਂ ਨੇ ਕਮੈਂਟ ਵੀ ਕੀਤੇ ਹੋਣ, ਚਲੋ ਸਾਡੇ ਭਰਾ ਨੇ ਉਹ ਸਾਰਿਆਂ ਨੂੰ ਜਿਹੜਾ ਜੀ ਹੁਣ ਕੋਸ਼ਿਸ਼ ਤਾਂ ਕਰਦੇ ਹਾਂ ਸਮਝਾਉਣ ਦੀ, ਪਰ ਕਈਆਂ ਦੀਆਂ ਆਈਡੀਆਂ ਫੇਕ ਨੇ ਜੀ, ਉਹ ਐਸੀਆਂ ਫੇਕ ਆਈਡੀਆਂ ਨੇ, ਕਈਆਂ ਨੇ ਤਾਂ ਕੁੜੀਆਂ ਦੀ ਆਈਡੀਆਂ ਬਣਾਈਆਂ ਹੋਈਆਂ। ਦੱਸੋ ਜੀ, ਜਿਹੜਾ ਬੰਦਾ ਬੰਦਾ ਹੋ ਕੇ ਕੁੜੀ ਦੀ ਆਈਡੀ ਬਣਾ ਕੇ ਫੇਕ ਕਮੈਂਟ ਕਰ ਰਿਹਾ, ਕਿੱਡਾ ਕੁ ਸਿਆਣਾ ਹੋ ਸਕਦਾ ਜੀ? ਸੋ ਇਸ ਕਰਕੇ ਆਪਾਂ ਸਿਆਣੇ ਬਣੀਏ, ਤਾਂ ਆਪਾਂ ਸਾਰੇ ਆਪਣਾ ਪਰਿਵਾਰ ਆ, ਪੰਜਾਬ ਆਪਣਾ ਪਰਿਵਾਰ ਆ, ਆਪਾਂ ਇਕੱਠੇ ਹੋ ਕੇ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ।